अकाल मूरत आजूनी सतगुरु नमः श्री
निमिक न बिसरो तुमको हरियारी निमिक न बिसरो तुमको हरियारी निमिक न बिसरो Thank you.
ਸੰਸਾਰ ਦੇ ਵਿੱਚ ਸਿੱਖ ਜਗਤ ਦੇ ਵਿੱਚ ਗੁਰਬਾਣੀ ਨੂੰ ਤਿੰਨ ਤਰ੍ਹਾਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਰਤਕ, ਸ਼ਬਦਾਰਥਕ ਤੇ ਭਾਵ ਆਰਥਕ, ਇਹ ਤਿੰਨ ਚੀਜ਼ਾਂ ਹਨ। ਅਸੀਂ ਅਰਥ ਕਰ ਲਵਾਂਗੇ ਕਿਸੇ ਵਿਦਵਾਨ ਦੇ ਕੀਤੇ ਹੋਏ ਅਰਥ ਪੜ੍ਹ ਕੇ, ਜਾਂ ਪੁਰਾਤਨ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਨੂੰ ਵਾਚ ਕੇ। ਪਰ ਗੁਰੂ ਸਾਹਿਬਾਂ ਦੀ ਭਾਵਨਾ ਉਸ ਸ਼ਬਦ ਦੇ ਅੰਦਰ ਕੀ ਹੈ, ਇਹਨੂੰ ਭਾਵਾਤਮਕ ਰੂਪ ਵਿੱਚ ਕਿਹਾ ਜਾਂਦਾ ਹੈ। ਇਹ ਸਮਝਣਾ ਬਹੁਤ ਔਖੀ ਹੈ, ਕਿਉਂਕਿ ਉਹੋ ਜਿਹੀ ਅਵਸਥਾ ਸਾਡੇ ਕੋਲ ਹੋਵੇ ਤੇ ਤਾਂ ਹੀ ਅਸੀਂ ਸਮਝ ਸਕੀਏ। ਜੋ ਗੁਰੂ ਸਾਹਿਬਾਂ ਦੀ ਭਾਵਨਾ ਹੈ ਉਹ ਸਪਸ਼ਟ ਹੈ। ਪਹਿਲੀ ਤੁੱਕ, ਪੂਤਾ ਮਾਤਾ ਕੀ ਆਸੀਸ। ਅਸੀਂ ਬੜੀ ਸਿੰਪਲ ਜੇ, ਕਈ ਵਾਰੀ ਅਸੀਂ ਪਰਿਵਾਰਕ ਤੌਰ 'ਤੇ ਮੰਗ ਵੀ ਕਰ ਲੈਂਦੇ ਜੀ, ਪੂਤਾ ਮਾਤਾ ਕੀ ਅਸੀਂ ਸ਼ਬਦ ਪੜ੍ਹੋ। ਪਰ ਹਕੀਕੀ ਭਾਵ ਜੋ ਹੈ ਦੂਸਰੀ ਤੁੱਕ ਦੇ ਅੰਦਰ ਭਰਿਆ ਹੈ, ਨਿਮਖ ਨਾ ਬਿਖ ਬਿਸਰੋ ਤੁਮਕੋ ਹਰ ਹਰ। ਆਸੀਸ ਕਾਹਦੀ ਮੰਗਣੀ ਹੈ? ਅਸੀਂ ਮੰਗਦੇ ਹਾਂ ਲੰਮੀ ਉਮਰ, ਸ਼ੁਭ ਗੁਣ ਅਤੇ ਬੜਾ ਕੁਛ ਮੰਗਦੇ ਹਾਂ, ਪਰ ਗੁਰੂ ਸਾਹਿਬਾਂ ਨੇ ਕਿਹੜੀ ਆਸੀਸ ਮੰਗੀ ਹੈ? ਨਿਮਖ ਨਾ ਬਿਸਰੋ ਤੁਮਕੋ ਹਰ। ਇਸ ਤੋਂ ਵੱਡੀ ਆਸੀਸ ਕੀ ਹੋ ਸਕਦੀ ਹੈ? ਜਦੋਂ ਉਹਨੂੰ ਹੀ ਮੰਗ ਲਿਆ, ਉਹਦੇ ਨਾਮ ਨੂੰ ਹੀ ਮੰਗ ਲਿਆ, ਤੇ ਸਾਰੀਆਂ ਗੱਲਾਂ ਵਿੱਚ ਆ ਜਾਂਦੀਆਂ ਨੇ। ਗੁਰੂ ਸਾਹਿਬ ਦੀ ਇਹ ਭਾਵਨਾ ਹੈ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਕਿ ਹਮੇਸ਼ਾ ਹੀ ਤੂੰ ਉਸ ਜਗਦੀਸ਼, ਇਹ ਸੰਸਾਰ ਨੂੰ ਬਣਾਉਣ ਵਾਲੇ ਈਸ਼ਵਰ ਪਰਮਾਤਮਾ ਨੂੰ ਯਾਦ ਕਰਨਾ, ਮੈਂ ਤੇਰੇ ਵਾਸਤੇ ਇਹੀ ਅਸੀਸ। ਇਹ ਗੁਰੂ ਸਾਹਿਬਾਂ ਨੇ ਇਹ ਅਸੀਸ ਹਰ ਗੁਰਸਿੱਖ ਵਾਸਤੇ। ਫਿਰ ਬਿਰਤੀ ਕਿਹੋ ਜਿਹੀ ਹੋਣੀ, ਕਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ? ਅਖੀਰਲੀਆਂ ਤੁੱਕਾਂ ਵਿੱਚ ਮੈਂ ਜ਼ਿਆਦਾ ਸਮਾਂ ਮੇਰਾ ਹੋ ਗਿਆ ਹੈ। ਅਖੀਰ ਵਿੱਚ ਸਤਿਗੁਰੂ ਜੀ ਕਹਿੰਦੇ ਹਨ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਣਾ ਹੋ ਕਵਲਾ। ਤੇਰਾ ਮਨ ਕਿਹੋ ਜਿਹਾ ਹੋਣਾ ਚਾਹੀਦਾ? ਭਵਰੇ ਦੀ ਤਰ੍ਹਾਂ, ਭਵਰਾ ਫੁੱਲ। ਅੱਜ ਲੋੜ ਹੈ ਗੁਰਬਾਣੀ ਦੇ ਭਾਵਾਤਮਕ ਅਰਥ ਸਮਝਣ ਦੀ। ਭਵਰਾ ਇੱਕ ਐਸਾ ਜੀਵ ਹੈ ਜੋ ਫੁੱਲਾਂ ਤੋਂ ਸੁਗੰਧੀ ਲੈਂਦਾ ਹੈ, ਉੱਡਦਾ ਹੈ, ਫੁੱਲਾਂ 'ਤੇ ਜਾ ਕੇ ਬੈਠਦਾ ਹੈ, ਸੁਗੰਧੀ ਪ੍ਰਾਪਤ ਕਰਦਾ ਹੈ। ਪਰ ਇਹ ਭਵਰਾ ਉਸ ਸੁਗੰਧੀ ਦੇ ਵਿੱਚ ਇੰਨਾ ਮਸਤ ਹੁੰਦਾ ਹੈ, ਕਮਲ ਦੇ ਫੁੱਲ ਦੇ ਵਿੱਚੋਂ ਖੁਸ਼ਬੂ ਲੈਣ ਵਾਸਤੇ ਬੈਠ ਜਾਂਦਾ ਹੈ, ਪਰ ਇੰਨਾ ਮਸਤ ਹੁੰਦਾ ਉਹ ਸੁਗੰਧੀ ਵਿੱਚ ਉੱਡਣਾ ਭੁੱਲ ਜਾਂਦਾ ਹੈ, ਅਤੇ ਸ਼ਾਮ ਨੂੰ ਕਮਲ ਦਾ ਫੁੱਲ ਜਿਹੜਾ ਹੈ ਇਕੱਠਾ ਹੋ ਜਾਂਦਾ ਹੈ ਅਤੇ ਉਹਦੇ ਵਿੱਚ ਹੀ ਸਮਾ ਜਾਂਦਾ।
ਕਿਹੋ ਜੀ ਬਿਰਤੀ ਹੋਣੀ ਚਾਹੀਦੀ ਇਹ ਐਗਜ਼ਾਮਪਲ ਦਿੱਤਾ ਗੁਰੂ ਸਾਹਿਬਾਂ ਨੇ ਕਿ ਜਿਵੇਂ ਭਵਰੇ ਦੀ ਬਿਰਤੀ ਹੈ ਸੁਗੰਧੀ ਵਿੱਚ ਇਹਨਾਂ ਮਸਤ ਹੋ ਗਿਆ ਹੈ ਤੇਰਾ ਮਨ ਵੀ ਗੁਰੂ ਦੇ ਚਰਣਾਂ ਵਿੱਚ ਇਸੇ ਤਰ੍ਹਾਂ ਹੀ ਮਸਤ ਹੋ ਜਾਵੇ ਤੇ ਤਾਂ ਹੀ ਲਾਹ ਪ੍ਰਾਪਤ ਹੋ ਸਕੇ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ ਹਰੀ ਦੇ ਚਰਨ ਜਿਹੜੇ ਨੇ ਗੁਰੂ ਦੇ ਜਿਹੜੇ ਚਰਨ ਨੇ ਉਹ ਕਮਲ ਦੀ ਫੁੱਲ ਦਾ ਐਗਜ਼ਾਮਪਲ ਗੁਰੂ ਸਾਹਿਬਾਂ ਨੇ ਦਿੱਤਾ ਹੈ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦ ਹੈ ਚਾਤਰਕ ਚਾਤਰਕ ਜਿਹੜਾ ਹੈ ਉਹ ਇੱਕ ਬੂੰਦ ਸਵਾਤੀ ਬੂੰਦ ਵਾਸਤੇ ਤਰਸ ਰਹਿੰਦਾ ਹੈ ਇਹੋ ਜੀ ਤਰਸ ਇਹੋ ਜੀ ਚਾਹਤ ਇਹੋ ਜੀ ਆਕਾਂਖਿਆ ਇਹੋ ਜੀ ਭੁੱਖ ਅਤੇ ਪਿਆਸ ਤੇਰੇ ਮਨ ਵਿੱਚ ਗੁਰੂ ਦੇ ਚਰਣਾਂ ਵਾਸਤੇ ਅਤੇ ਗੁਰੂ ਦੇ ਸ਼ਬਦ ਵਾਸਤੇ ਹੋਣ ਵਿੱਚ ਇਹ ਗੁਰੂ ਸਾਹਿਬਾਂ ਦਾ ਉਦੇਸ਼ ਹੈ ਸੋ ਆਓ ਦਾਸ ਇੱਥੇ ਸਮਾਪਤੀ ਕਰਦਾ ਹੈ ਆਪ ਜੀ ਭਲੀ ਪ੍ਰਕਾਰ ਜਾਣਦੇ ਹੋ ਮੇਰੇ ਵੀਰ ਮਨਿੰਦਰ ਸਿੰਘ ਜੀ ਨਿਧਰਨ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਇਹ ਸੰਸਾਰਕ ਖੁਸ਼ੀਆਂ ਹਨ ਜੋ ਅਸੀਂ ਸਾਧਨ ਬਣਾਉਂਦੇ ਹਾਂ ਅਸਲ ਖੁਸ਼ੀ ਜੋ ਹੈ ਉਹ ਆਤਮਕ ਖੁਸ਼ੀ ਹੈ ਉਹ ਗੁਰਬਾਣੀ ਦੇ ਕੀਰਤਨ ਤੋਂ ਮਿਲਦੀ ਹੈ ਕਿ ਜਿਹੜਾ ਆਪਾਂ ਅੱਜ ਕਰ ਰਹੇ ਹਾਂ ਮਹਿੰਦਰ ਸਿੰਘ ਜੀ 50ਵੇਂ ਸਾਲ ਦੀ ਖੁਸ਼ੀ ਵਿੱਚ ਜਨਮਦਿਨ ਦੀ ਖੁਸ਼ੀ ਵਿੱਚ ਇਹ ਸੰਗਤਾਂ ਦਾ ਇਕੱਠ ਗੁਰੂ ਸਾਹਿਬਾਂ ਨੇ ਸੰਗਤ ਸਾਨੂੰ ਕਿਉਂ ਦਿੱਤੀ ਹੈ ਬੜ ਭਾਗੀ ਹੈ ਸੰਗਤ ਭਾਗ ਹੈ ਇੱਥੋਂ ਤੱਕ ਗੁਰੂ ਸਾਹਿਬ ਕਹਿ ਜਾਂਦੇ ਹਨ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਪਰਮਾਤਮਾ ਦਾ ਵਾਸਾ ਸੰਗਤ ਵਿੱਚ ਸੋ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਦਾਸ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਮਨਿੰਦਰ ਸਿੰਘ ਜੀ ਅਕਸਰ ਹੀ ਦਾਸ ਇਹਨਾਂ ਦੀ ਕਲਾ ਦਾ ਬਹੁਤ ਕਾਇਲ ਹੈ ਸਤਿਗੁਰੂ ਜੀ ਨੇ ਬੜਾ ਗੁਣ ਬਖਸ਼ਿਸ਼ ਕੀਤਾ ਹੈ ਜਦੋਂ ਬੈਠਦੇ ਹਨ ਤਾਂ ਦਾਸ ਦੀ ਕੋਈ ਹਵਾ ਹੋਰ ਹੁੰਦੀ ਹੈ ਗੁਰਬਾਣੀ ਦੇ ਕੀਰਤਨ ਵਿੱਚ ਸੋ ਸਤਿਗੁਰੂ ਜੀ ਕਿਰਪਾ ਕਰ ਇਹਨਾਂ ਨੂੰ ਕਿਉਂਕਿ ਸਾਰਾ ਹੀ ਪਰਿਵਾਰ ਆਪ ਜਾਣਦੇ ਹੋ ਨਿਜਰ ਪਰਿਵਾਰ ਸਾਰਾ ਹੀ ਗੁਰਬਾਣੀ ਦੇ ਕੀਰਤਨ ਦਾ ਰਸੀਆ ਹੈ ਕਰਦੇ ਹਨ ਸੁਆਓ